ਤੇ ਮੇਰਾ ਦਿਵਸ ਤੋਂ ਬਾਅਦ ਅੱਗੇ ਵਧਾਂਗੇ, ਗੱਲ ਅਧਿਆਪਕਾਂ ਦੀ ਕਰਾਂਗੇ। ਪਟਿਆਲਾ ਦੇ ਵਿੱਚ ETT ਅਤੇ ਟੈਟ ਪਾਸ ਅਧਿਆਪਕਾਂ ਦਾ ਪ੍ਰਦਰਸ਼ਨ 5ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਬਹਾਦਰਗੜ੍ਹ ਦੇ ਵਿੱਚ ਪਾਣੀ ਵਾਲੀ ਟੰਕੀ ਦੇ ਉੱਤੇ ਅਧਿਆਪਕ ਚੜ੍ਹੇ ਹੋਏ ਨੇ। ਮੰਗ ਕਰਨੀ ਕਿ ਸਰਕਾਰ ਉਹਨਾਂ ਨੂੰ ਰੈਗੂਲਰ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰੇ। ਅਧਿਆਪਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਇਸ ਮੰਗ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਸੀ ਅਤੇ ਸਰਕਾਰ ਇਸ ਪਾਸੇ ਕੋਈ ਗੌਰ ਨਹੀਂ ਕਰ ਰਹੀ। ਫਿਲਹਾਲ ਅੱਜ ਵੀ ਅਧਿਆਪਕ ਜੋ ਨੇ ਬਹਾਦਰਗੜ੍ਹ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰੇਗੀ, ਉਹਨਾਂ ਦਾ ਇਹ ਪ੍ਰਦਰਸ਼ਨ ਇਸੇ ਤਰੀਕੇ ਜਾਰੀ ਰਹੇਗਾ। ਸਾਡੇ ਸਹਿਯੋਗੀ ਅਵਿਨਾਸ਼ ਫੋਨ ਲਾਈਨ 'ਤੇ ਮੌਜੂਦ ਨੇ। ਅਵਿਨਾਸ਼, ਕੀ ਕੁਝ ਜਾਣਕਾਰੀ ਹੈ, ਕਿੰਨੇ ਕੁ ਅਧਿਆਪਕ ਇਸ ਵੇਲੇ ਉੱਥੇ ਮੌਜੂਦ ਨੇ ਅਤੇ ਕੀ ਕਹਿ ਰਹੇ ਨੇ? ਜੀ, 5 ਜਿਹੜੇ ਅਧਿਆਪਕ ਹੈ ਪਾਣੀ ਦੀ ਟੈਂਕੀ ਦੇ ਉੱਪਰ ਹੁਣ ਵੀ ਚੜੇ ਆ, ਜਿਹਨਾਂ 'ਚ 2 ਦੀ ਤਬੀਅਤ ਜਿਹੜੀ ਖਰਾਬ ਹੋ ਚੁੱਕੀ ਹੈ, ਲੇਕਿਨ ਉਹਨਾਂ ਨੇ ਟ੍ਰੀਟਮੈਂਟ ਕਰਾਉਣ ਤੋਂ ਸਾਫ਼ ਮਨਾ ਕਰ ਦਿੱਤਾ। ਦੂਜੇ ਪਾਸੇ ਜੇ ਗੱਲ ਕਰੀਏ ਜਿਹੜੇ ਉਹਨਾਂ ਦੇ ਬਾਕੀ ਸਾਥੀ ਥੱਲੇ ਬੈਠੇ, ਜਿਹਨਾਂ 'ਚ ਮਹਿਲਾ ਅਧਿਆਪਕ ਵੀ ਨੇ, ਤੇ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਅੱਜ ਵੂਮੈਨ ਡੇ ਆ, ਲੇਕਿਨ ਸਰਕਾਰ ਨੂੰ ਜੇ ਸਾਡੀ ਇੰਨੀ ਚਿੰਤਾ ਹੁੰਦੀ ਤਾਂ ਸਾਨੂੰ ਰੈਗੂਲਰ ਭਰਤੀ ਕਰਦੇ, ਲੇਕਿਨ ਜੇ ਰੈਗੂਲਰ ਭਰਤੀ ਨਹੀਂ ਕਰਨਗੇ ਤੇ ਸੰਘਰਸ਼ ਹੋਰ ਤੇਜ਼ ਹੋਊਗਾ। ਇੱਥੇ ਤਾਂ ਕਹਿਤਾ ਕਿ ਇਹਦਾ ਭੁਗਤਾਨ ਪੰਜਾਬ ਸਰਕਾਰ ਨੂੰ ਕਰਨਾ ਪਊਗਾ, ਲੇਕਿਨ ਉਹਨਾਂ ਨੇ ਸਾਫ਼ ਕਿਹਾ ਇਹ ਧਰਨਾ ਪ੍ਰਦਰਸ਼ਨ ਜਦ ਤੱਕ ਸਮਾਪਤ ਨਹੀਂ ਹੁੰਦਾ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਪੰਜਾਬ ਸਰਕਾਰ। ਧੰਨਵਾਦ ਅਭਿਸ਼ੇਕ। ਫਿਲਹਾਲ 2 ਅਧਿਆਪਕਾਂ ਦੀ ਜਿਹੜੀ ਹੈ ਤਬੀਅਤ ਖਰਾਬ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਬੀਤੇ ਦਿਨ ਇਹਨਾਂ ਅਧਿਆਪਕਾਂ ਨੇ ਆਪਣਾ ਮੈਡੀਕਲ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਜਦੋਂ ਡਾਕਟਰਾਂ ਦੀ ਇੱਕ ਟੀਮ ਉਹਨਾਂ ਦੇ ਕੋਲ ਪਹੁੰਚੇ ਸੀ। ਅਧਿਆਪਕਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਨੋਟੀਫਿਕੇਸ਼ਨ ਸਰਕਾਰ ਜਾਰੀ ਨਹੀਂ ਕਰਦੀ, ਉਹਨਾਂ ਦਾ ਇਹ ਸੰਘਰਸ਼ ਜਾਰੀ ਰਹੇਗਾ।